कल जी सारिआं नूं तुहाडा साडे देसी चैनल ते स्वागत है। अज आपां बना रहे हां जी कद्दू वाले परौंठे। ते इह आपां इक छोटा जिहा कद्दू लै लिया सी, इहनूं कद्दूकश करके आपां इहदा बिल्कुल पानी निचोड़ दित्ता, विच पानी नहीं रह गया। ते फिर इहनूं 10 मिंट वास्ते आपां रख दित्ता सी, खिलार के रख दित्ता एवें करके। ते इह पानी जिहड़ा इहदे विच जिहड़ा थोड़ा बहुत रह भी गया सुक जांदा। ते इहनूं आपां हुण इक साइड ते कर देंगे। आपां पहिलां इहदे वास्ते आटा गुन्न लवांगे। इक कौली आपां आटे दी लै लईए, विच आपां अजवाइन पा लवांगे। तो बहुत वधिया ये परौंठा बनता, जिवें मूलियां वाले परौंठे बनते उदा ही बनूगा। अजवाइन पा लेनी आटे दे विच आपां, फिर विच आपां थोड़ा जिहा रिफाइंड तेल पा लवांगे। आपां मिक्स कर लवांगे हुण इहनूं। आप आटा गुनना, ना ज़्यादा आप टाइट गुनना, ना ही आप ज़्यादा पतला गुनना। हाँ जी आटा आप गुन लिया, इनू आप ढक के 2 मिनट वास्ते रख देवे। उन्नी देर आप फिलिंग तैयार कर लेने जी आप परौंठे के लगानी है। विच आपां प्याज पा लिया बरीक कटिया, विच आपां धनिया पा लवेंगे, चाट मसाला पा लवेंगे, एक आपां गर्म मसाला लिया, लाल मिर्च लई नमक लिया, ये विच आपां ऐड कर लवेंगे। इहनूं आपां मिक्स कर लवेंगे। हुण आपां परौंठे बना लवांगे। विच हुण आपां इहदे 2 पेड़े बना लवांगे। एक पेड़े विच वी आपां ला सकदे हां, 2 विच वी ला सकदे हां, जिद्दां वी तुहानूं ठीक लगे। ਇਹਨੂੰ ਐਵੇਂ ਸਾਈਡਾਂ ਤੋਂ ਪਤਲਾ ਕਰ ਲਵਾਂਗੇ। ਆਪਾਂ ਇੱਕ ਇੱਕ ਦੇ ਵਿੱਚ ਹੀ ਲਾਵਾਂਗੇ। ਇਹਦੇ ਵਿੱਚ ਆਪਾਂ ਫਿਲਿੰਗ ਕਰ ਲਵਾਂਗੇ। ਇਹ ਬਹੁਤ ਹੀ ਵਧੀਆ ਬਣਦੇ ਆ, ਸਪੈਸ਼ਲੀ ਜੇ ਬੱਚਿਆਂ ਨੂੰ ਆਪਣੇ ਕਈ ਵਾਰੀ सब्जी ना खान जा स्कूल लंच बॉक्स टिफन बॉक्स दे विच पाउणे होण आपां बच्चां नूं स्कूल विच। ते जिवें छोटे बच्चियां सब्जी नाल तां उह जे चाहो तां तुसीं 2 रोटियां 'च पा सकदे आ, निक्के निक्के 2 पेड़े करके वेल के, जां इक 'च पा लो साडे वांगू थोड़ा जिहा वड्डा करके पेड़ा। इधर अपना तवा गर्म हो गया, ये उपर आप घ्यो लगा लवेंगे। ये उपर आप दूसरी साइड पर भी थोड़ा जहा घ्यो लगा देंगे। ये बहुत वधिया क्रिस्पी बन गए, वधिया रड़ जाएंगे परौंठे। ਇਹਦੀ ਸਾਈਡ ਆਪਾਂ ਚੇਂਜ ਕਰ ਲਵਾਂਗੇ। ਇੱਧਰ ਵੀ ਆਪਾਂ ਘਿਓ ਹੋਰ ਲਗਾ ਲਵਾਂਗੇ। ਇਹਨੂੰ ਆਪਾਂ ਥੋੜ੍ਹਾ ਥੋੜ੍ਹਾ ਪ੍ਰੈਸ ਕਰਾਂਗੇ ਤਾਂ ਕਿ ਵਧੀਆ ਤਰੀਕੇ ਨਾਲ ਰੜ ਸਕਣ। ਤੁਸੀਂ ਵੀਡੀਓ ਵੇਖ ਕੇ ਟਰਾਈ ਜ਼ਰੂਰ ਕਰਿਓ ਇਹ ਵਾਲੀ ਰੈਸਪੀ, ਅਤੇ ਫਿਰ ਤੁਸੀਂ ਸਾਨੂੰ ਦੱਸਿਓ ਕਿ ਵਧੀਆ ਬਣੇ ਸੀ। ਜੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੋਈ ਤਾਂ ਸਾਨੂੰ ਕਮੈਂਟ ਕਰਕੇ ਵੀ ਦੱਸਿਆ ਕਰੋ।
जे तुसी आटे दे विच चाहो तो बेसन भी पा सकते हो, जिवें एक कौली आटे दी है विच तुसी दो चमच छोटे चमच बेसन दे पा सकते हो, बहुत वधिया उहदे नाल भी क्रिस्पी बनते हैं। ਵਧੀਆ ਤਰੀਕੇ ਨਾਲ ਆਪਾਂ ਰਾੜਾਂਗੇ ਇਹਨਾਂ ਨੂੰ। ਜੇ ਤੁਸੀਂ ਜ਼ਿਆਦਾ ਤਿੱਖਾ ਖਾਣਾ ਚਾਹੁੰਦੇ ਹੋ ਤਾਂ ਵਿੱਚ ਇਹਦੇ ਹਰੀ ਮਿਰਚ ਪਾ ਸਕਦੇ ਆ, ਕੁਛ ਵੀ ਵਿੱਚ ਇਹਦੇ ਐਡ ਕਰ ਸਕਦੇ ਤੁਸੀਂ। ਪਰ ਜੇ ਤੁਸੀਂ ਬੱਚਿਆਂ ਵਾਸਤੇ ਬਣਾ ਰਹੇ ਹੋ ਤਾਂ ਫਿਰ ਹਰੀ ਮਿਰਚ ਨਾ ਪਾਇਓ। ਅਸੀਂ ਹਰੀ ਮਿਰਚ ਨਹੀਂ ਪਾਈ, ਅਸੀਂ ਬੱਚਿਆਂ ਵਾਸਤੇ ਬਣਾ ਰਹੇ ਹਾਂ, ਤੁਸੀਂ ਵਿੱਚ ਹਰੀ ਮਿਰਚ ਪਾ ਸਕਦੇ ਆ ਜੇ ਤੁਹਾਨੂੰ ਪਸੰਦ ਆ। ਮੱਖਣ ਨਾਲ ਚੰਗੀ ਤਰ੍ਹਾਂ ਚੁੱਪੜ ਦੇਵਾਂਗੇ ਅਤੇ ਆਪਣਾ ਪਰੌਂਠਾ ਬਣ ਕੇ ਤਿਆਰ ਆ। ਬਹੁਤ ਵਧੀਆ ਬਣ ਗਿਆ, ਇੱਦਾਂ ਹੀ ਆਪਾਂ ਦੂਜੇ ਪਰੌਂਠੇ ਵੀ ਬਣਾ ਲਵਾਂਗੇ। ਜੇ ਤੁਸੀਂ ਮੱਖਣ ਲਗਾਓਗੇ ਉੱਤੇ ਤਾਂ ਤੁਹਾਡਾ ਪਰੌਂਠਾ ਵਧੀਆ ਪੋਲਾ ਰਹੂਗਾ। ਕੋਈ ਵੀ ਆਪਾਂ ਰੋਟੀ ਹੈ ਜੇ ਉੱਤੋਂ ਮੱਖਣ ਨਾਲ ਚੋਪੜੀਏ ਨਾ ਤਾਂ ਪੋਲੀ ਰਹਿੰਦੀ ਹੈ, ਜੇ ਆਪਾਂ ਦੂਸਰੇ ਘਿਓ ਨਾਲ ਚੋਪੜਦੇ ਹਾਂ ਤਾਂ ਉਹ ਖੁਸ਼ਕ ਖੁਸ਼ਕ ਲੱਗੂਗੀ ਜਿੰਨਾ ਮਰਜ਼ੀ ਉੱਤੇ ਲਾਈ ਜਾਈਏ ਘਿਓ। ਹੁਣ ਆਪਾਂ ਇਹ ਵੀ ਪਰੌਂਠਾ ਇੱਦਾਂ ਹੀ ਬਣਾ ਲਵਾਂਗੇ। ਆਪਾਂ ਦੂਜਾ ਪਰੌਂਠਾ ਵੀ ਰੱਖ ਲਵਾਂਗੇ, ਇਹਦੇ ਉੱਤੇ ਆਪਾਂ ਮੱਖਣ ਰੱਖਾਂਗੇ ਵਾਹਵਾ ਸਾਰਾ। ਇਹ ਮੱਖਣ ਨਾਲ ਬਹੁਤ ਟੇਸਟੀ ਲੱਗਦੇ ਆ, ਮੱਖਣ ਨਾਲ ਹੀ ਜ਼ਿਆਦਾ ਟੇਸਟੀ ਲੱਗਣਗੇ ਅਤੇ ਬਹੁਤ ਵਧੀਆ ਬਣਦੇ ਆ। ਜਿਵੇਂ ਆਪਾਂ ਸਰਦੀਆਂ 'ਚ ਮੂਲੀਆਂ ਵਾਲੇ ਪਰੌਂਠੇ ਬਣਾਉਂਦੇ ਹਾਂ ਅਤੇ ਗਰਮੀ ਵਿੱਚ ਆਪਾਂ ਨੂੰ ਮੂਲੀਆਂ ਸੀਜ਼ਨ ਵਾਲੀਆਂ ਨਹੀਂ ਮਿਲਦੀਆਂ, ਇਸ ਕਰਕੇ ਆਪਾਂ ਕੱਦੂ ਵਾਲੇ ਪਰੌਂਠੇ ਵੀ ਬਣਾ ਸਕਦੇ ਹਾਂ ਅਤੇ ਬਹੁਤ ਵਧੀਆ ਬਣਦੇ ਆ। ਆਪਾਂ ਨਾਲ ਆਪਾਂ ਅੰਬ ਦਾ ਚਾਰ, ਮਿਰਚ ਦੇ ਚਾਰ ਨਾਲ ਵੀ ਇਹਨਾਂ ਨੂੰ ਖਾ ਸਕਦੇ ਹਾਂ, ਬਹੁਤ ਵਧੀਆ ਲੱਗਦੀਆਂ। ਦਹੀਂ ਨਾਲ ਵੀ ਆਪਾਂ ਇਹਨਾਂ ਨੂੰ ਖਾ ਸਕਦੇ ਹਾਂ, ਬਹੁਤ ਵਧੀਆ ਲੱਗਣਗੇ, ਇਸ ਕਰਕੇ ਬਹੁਤ ਵਧੀਆ ਬਣਦੇ, ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਿਓ। ਜੇ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ।